ਕਣਕ ਦੀ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਅਬੋਹਰ ਦੀ ਪੁਰਾਣੀ ਫਾਜ਼ਿਲਕਾ ਰੋਡ ਵਿਖੇ ਕਾਂਗਰਸੀ ਆਗੂ ਸੁਧੀਰ ਨਾਗਪਾਲ ਦੇ ਫਾਰਮ ਹਾਊਸ ਪਿੱਛੇ ਉਹਨਾਂ ਦੇ ਖੇਤਾਂ ਵਿੱਚ ਨਾੜ ਨੂੰ ਅਚਾਨਕ ਅੱਗ ਲੱਗ ਗਈ। ਆਲੇ ਦੁਆਲੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀ, ਜਿਨ੍ਹਾਂ ਮੌਕੇ ਤੇ ਪੁੱਜ ਕੇ ਬੜੀ ਮਿਹਨਤ ਨਾਲ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਸੁਧੀਰ ਨਾਗਪਾਲ ਦੀ ਕਰੀਬ 6 ਏਕੜ ਕਣਕ ਦੀ ਨਾੜ ਸੜ ਗਈ, ਜਿਸ ਨਾਲ ਉਹਨਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਕੱਲ੍ਹ ਦੁਪਹਿਰ ਬਾਅਦ ਅਚਾਨਕ ਕਾਂਗਰਸੀ ਆਗੂ ਸੁਧੀਰ ਨਾਗਪਾਲ ਦੇ ਖੇਤ 'ਚ ਲੱਗੀ ਅੱਗ ਨੇ ਆਲੇ ਦੁਆਲੇ ਦੇ ਖੇਤਾਂ 'ਚ ਕੰਮ ਕਰ ਰਹੇ ਲੋਕਾਂ ਦੀਆਂ ਭਾਜੜਾਂ ਪਾ ਦਿੱਤੀਆਂ। ਲੋਕਾਂ ਨੂੰ ਆਪਣੇ ਖੇਤਾਂ ਵਿੱਚ ਖੜੀ ਫਸਲ ਦੀ ਚਿੰਤਾ ਹੋ ਗਈ ਅਤੇ ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਇਸ ਬਾਰੇ ਸੂਚਿਤ ਕੀਤਾ। ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਨੂੰ ਨਾਲ ਲੱਗਦੇ ਖੇਤਾਂ ਵਿੱਚ ਪਹੁੰਚਣ ਤੋਂ ਬਚਾਉਣ ਲਈ ਉਪਰਾਲਾ ਸ਼ੁਰੂ ਕੀਤਾ ਅਤੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ। ਫਾਇਰ ਅਫਸਰ ਰਮੇਸ਼ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਤਾਂ ਪਤਾ ਨਹੀਂ ਚੱਲ ਪਾਇਆ, ਪਰ ਹਵਾ ਦਾ ਰੁਖ ਉਲਟ ਦਿਸ਼ਾ ਵਿੱਚ ਹੋਣ ਕਰਕੇ ਮੁਸ਼ਕਲ ਪੇਸ਼ ਆਈ। ਫਾਰਮ 'ਚ ਅੱਗ ਲੱਗੀ ਸੀ ਜੀ, ਤੇ ਉਹਨਾਂ ਨੇ ਸਾਨੂੰ ਸੂਚਨਾ ਦਿੱਤੀ ਫਾਇਰ ਬ੍ਰਿਗੇਡ ਨੂੰ ਜੀ। ਫਾਇਰ ਬ੍ਰਿਗੇਡ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ ਜੀ। ਬੜੀ ਮੁਸ਼ਕਲ ਨਾਲ 2 ਗੱਡੀਆਂ ਆਈਆਂ, ਫਾਇਰ ਟੈਂਡਰ, ਪੂਰਾ ਸਟਾਫ, ਕਰਮਚਾਰੀ ਮਿਹਨਤ ਨਾਲ ਅੱਗ ਤੇ ਕਾਬੂ ਪਾਇਆ। ਕਾਫੀ ਜਿਹੜਾ ਇਹਦਾ ਨੁਕਸਾਨ ਜਿਹੜਾ ਨੁਕਸਾਨ ਤਾਂ ਹੁਣ ਜਿਹੜਾ ਹੈਗਾ ਉਹ ਦੱਸਣਗੇ ਜੀ, ਨਾੜ ਸੀ ਜਾਂ ਕਿਵੇਂ ਸੀਗੀ ਉਹਨਾਂ ਨੂੰ ਪਤਾ ਜੀ, ਬਾਅਦ 'ਚ ਪਤਾ ਲੱਗੇਗਾ। ਹਵਾ ਕਾਫੀ ਅੱਗ ਜਿਹੜੀ ਹਵਾ ਸੀ, ਹਵਾ ਦੇ ਵਿਪਰੀਤ ਅੱਗ ਸੀਗੀ, ਕੰਟਰੋਲ ਕਰ ਲਿੱਤੀ ਗਈ ਹੈ ਜੀ ਸਿੱਧੀ ਜੀ। ਜਿਸ ਖੇਤ ਵਿੱਚ ਅੱਗ ਲੱਗੀ ਸੀ ਉਸ ਖੇਤ ਦੇ ਨਾਲ ਲੱਗਦੇ ਖੇਤ ਮਾਲਕ ਦਾ ਕਹਿਣਾ ਹੈ ਕਿ ਜਦ ਉਹਨਾਂ ਨੇ ਸੁਧੀਰ ਨਾਗਪਾਲ ਦੇ ਖੇਤ 'ਚ ਅੱਗ ਲੱਗੀ ਵੇਖੀ ਤਾਂ ਉਹਨਾਂ ਸਭ ਤੋਂ ਪਹਿਲਾਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਵੇਖਦੇ ਹੀ ਵੇਖਦਿਆਂ ਹਵਾ ਕਰਕੇ ਅੱਗ ਨੇ ਵੱਡਾ ਇਲਾਕਾ ਆਪਣੀ ਚਪੇਟ ਵਿੱਚ ਲੈ ਲਿਆ। ਤੇ ਅੱਗ ਜਦੋਂ ਲੱਗੀ ਹੈ ਧੂੰਆਂ, ਮੈਂ ਉੱਧਰ ਬੈਠਾ ਸੀਗਾ, ਉੱਧਰ ਵੇਖਿਆ ਤਾਂ ਮੈਂ ਕਿ ਧੂੰਆਂ 'ਚ ਕਿਵੇਂ ਨਿਕਲਦਾ ਹੈ, ਕੀ ਗੱਲ ਹੋ ਗਈ। ਫਿਰ ਮੈਂ ਇਹਨਾਂ ਨੂੰ ਭਜਾਇਆ, ਫਿਰ ਪੁੰਨੂ ਰਾਮ ਨੂੰ ਫੋਨ ਕੀਤਾ, ਇੱਧਰ ਮੁੰਡਿਆਂ ਨੂੰ ਬੁਲਾਇਆ, ਹੋਰ ਕਿਹਨੂੰ ਫੋਨ ਫਾਨ ਕਰਕੇ ਸਾਰਿਆਂ ਨੂੰ ਇਕੱਠਾ ਕੀਤਾ, ਫਿਰ ਤੁਹਾਨੂੰ ਫੋਨ ਕੀਤਾ। ਦੁਪਹਿਰ ਦਾ ਟਾਈਮ ਸੀਗਾ, ਕੋਈ ਉੱਥੇ ਬੰਦਾ ਵੀ ਨਜ਼ਰ ਨਹੀਂ ਆਇਆ। ਜਦੋਂ ਧੂੰਆਂ ਨਿਕਲਿਆ ਮੈਂ ਉਦੋਂ ਵੇਖਿਆ ਵੀ ਉੱਧਰ ਜਾਂਦਾ, ਇੱਧਰ ਜਾਂਦਾ, ਕੋਈ ਸਰਕਾਰ ਤੋਂ ਕੋਈ ਨਜ਼ਰ ਨਹੀਂ ਆਇਆ। ਐਵੇਂ ਕਿਸੇ ਦਾ ਕਹੀਏ ਕੀ ਕਹਿਣਾ, ਕੋਈ ਨਹੀਂ ਸੀ। ਸਮੇਂ ਰਹਿੰਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਤੇ ਕਾਬੂ ਤਾਂ ਪਾ ਲਿਆ, ਪਰ ਅਜਿਹੇ ਮੌਕੇ ਤੇ ਕਿਸਾਨਾਂ ਨੂੰ ਵੀ ਆਪਣਾ ਫਰਜ਼ ਨਿਭਾਉਂਦੇ ਖੇਤਾਂ ਦੀ ਰਾਖੀ ਲਈ ਰਾਖੇ ਬਿਠਾਉਣ ਅਤੇ ਖੇਤਾਂ ਦੇ ਆਸੇ ਪਾਸੇ ਖਾਲੇ ਬਣਾ ਕੇ ਉਸ ਵਿੱਚ ਪਾਣੀ ਛੱਡਣ ਦੀ ਲੋੜ ਹੈ, ਤਾਂ ਜੋ ਅੱਗ ਇੱਕ ਖੇਤ ਤੋਂ ਦੂਸਰੇ ਖੇਤਾਂ ਜਾਂ ਘਰਾਂ ਤੱਕ ਨਾ ਪਹੁੰਚੇ ਅਤੇ ਵੱਡੇ ਹਾਦਸੇ ਨੂੰ ਹੋਣ ਤੋਂ ਪਹਿਲਾਂ ਉਸ ਨੂੰ ਰੋਕਿਆ ਜਾ ਸਕੇ।